ਮੈਂ ਸਰਵਣ ਸਿੰਘ ਪੰਧੇਰ, ਜਿਹੜੇ ਅੱਜ ਸੁਪਰੀਮ ਕੋਰਟ ਦੀ ਟਿੱਪਣੀ ਹੋਈ ਆ ਕਿ ਹਰਿਆਣਾ ਸਰਕਾਰ ਹਾਈਵੇ ਕਿਵੇਂ ਬੰਦ ਕਰ ਸਕਦੀ ਆ, ਜਾਂ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਸੀਗਾ, ਦੇਖੋ ਕਿੰਨਾ ਕੁਛ ਹੋ ਗਿਆ, ਬਹੁਤ ਲੇਟ ਫੈਸਲੇ ਹੋਏ ਆ। ਇਸ ਤੋਂ ਪਹਿਲਾਂ ਇਹ ਸ਼ਹੀਦ ਸ਼ੁਭਕਰਨ ਸ਼ਹੀਦ ਹੋ ਗਿਆ, 433 ਕਿਸਾਨ ਜ਼ਖਮੀ ਹੋਏ, 8-10 ਗੰਭੀਰ ਜ਼ਖਮੀ ਹੋਏ। ਜਿਵੇਂ ਅਸੀਂ ਠੰਡ ਦੇ ਵਿੱਚ, ਗਰਮੀ 'ਚ, ਬਰਸਾਤਾਂ 'ਚ ਜੋ ਕੁਝ ਅਸੀਂ ਪਿੰਡੇ 'ਤੇ ਸੰਤਾਪ ਹਟਾਇਆ, ਇਹ ਵੀ ਸਾਡੇ ਸਾਹਮਣੇ ਆ। ਅਰ ਇਹ ਤੋਂ ਕਹਾਂ, ਜਿਵੇਂ ਹਰਿਆਣੇ ਦੇ ਪੰਜਾਬ ਦੇ ਵਪਾਰੀ ਦਾ ਨੁਕਸਾਨ ਹੋਇਆ, ਉਹਦੇ ਲਈ ਕੌਣ ਜ਼ਿੰਮੇਵਾਰ ਆ? ਟਰਾਂਸਪੋਰਟਰਾਂ ਦੇ ਨੁਕਸਾਨ ਲਈ ਕੌਣ ਜ਼ਿੰਮੇਵਾਰ ਆ? ਆਮ ਲੋਕਾਂ ਨੂੰ ਜਿਹੜੀ ਤਕਲੀਫ ਆਈ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਇਹਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ। ਹਰਿਆਣਾ ਅਤੇ ਕੇਂਦਰ ਸਰਕਾਰ ਇਕੱਲੀ ਇੱਕ ਗੱਲ 'ਤੇ ਕਹਿ ਕੇ ਟਲ ਜਾਣਗੇ, ਉਹਨਾਂ ਦਾ ਇਹ ਕਹਿਣਾ ਵਾਜਬ ਆ ਵੀ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨੈਂਸ ਕਰਨ ਵਾਸਤੇ ਕਿਹਾ ਵਾ, ਅਸੀਂ ਇਹਦੇ 'ਤੇ ਕਹਿੰਦੇ ਹਾਂ ਵੀ ਅਸੀਂ ਪੰਜਾਬ ਤੋਂ ਆ ਰਹੇ ਹਾਂ। ਕਿਹੜਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਨੁਕਸਾਨ ਹੋਇਆ? ਜਾਂ 5 ਮਹੀਨੇ ਅਸੀਂ ਬਾਰਡਰਾਂ 'ਤੇ ਬੈਠੇ ਹਾਂ, ਉੱਥੇ ਲਾਅ ਐਂਡ ਆਰਡਰ ਦੀ ਕਿਹੜੀ ਘਟਨਾ ਇਹੋ ਜਿਹੀ ਵਾਪਰ ਗਈ ਆ? ਸੋ ਲਾਅ ਐਂਡ ਆਰਡਰ ਦੇ ਨਾਂ 'ਤੇ ਸਾਨੂੰ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਦੇਸ਼ ਦੀ ਰਾਜਧਾਨੀ ਵਿੱਚ ਨਹੀਂ ਜਾਣ ਦਿੱਤਾ ਗਿਆ, ਜਿਹੜਾ ਸਾਡਾ ਸੰਵਿਧਾਨਕ ਹੱਕ ਆ, ਇਹ ਤੋਂ ਰੋਕਿਆ ਗਿਆ। ਚਲੋ ਆਉਣ ਵਾਲੇ ਸਮੇਂ ਵਿੱਚ ਦੇਖਦੇ ਹੈਗੇ ਹਾਂ ਵੀ ਇਹ ਕੀ ਫੈਸਲਾ ਹਰਿਆਣਾ ਸਰਕਾਰ ਕਰਦੀ ਆ, ਪਰ ਨਿਆਂਪਾਲਿਕਾ ਦੀ ਟਿੱਪਣੀ ਅਤੇ ਨਿਆਂਪਾਲਿਕਾ ਦੇ ਫੈਸਲੇ ਬਹੁਤ ਲੇਟ ਆ ਰਹੇ ਨੇ, ਜਦੋਂ ਬਹੁਤ ਕੁਝ ਬੀਤ ਚੁੱਕਾ ਵਾ। ਜੇ ਪਹਿਲੋਂ ਫੈਸਲੇ ਕੀਤੇ ਹੁੰਦੇ ਤਾਂ ਇਹਨਾਂ ਨੂੰ ਰੋਕਿਆ ਜਾ ਸਕਦਾ ਸੀ। ਹੁਣ ਵੀ ਸਰਕਾਰ ਸੁਹਿਰਦ ਹੈਗੀ ਆ ਅਤੇ ਬੈਠ ਕੇ ਇਹਨਾਂ ਮਸਲਿਆਂ ਦਾ ਨਿਪਟਾਰਾ ਕਰੇ। ਅੱਜ ਅਸੀਂ ਅਬਦਾਲ ਪਿੰਡ ਵਿੱਚ, ਮਜੀਠਾ ਇਲਾਕੇ 'ਚ ਤਿਆਰੀ ਕਰ ਰਹੇ ਹਾਂ 20 ਅਗਸਤ ਦੇ ਆਪਣੇ ਅਗਲੇ ਜਥੇ ਦੀ, ਜਿਹੜਾ ਲੈ ਕੇ ਜਾਣਾ ਹੈਗਾ ਔਰ ਮੰਗਾਂ ਮੰਨਣ ਤੱਕ ਮੋਰਚਾ ਜਾਰੀ ਰੱਖਣਾ। ਧੰਨਵਾਦ। ਮੈਂ ਸਰਵਣ ਸਿੰਘ ਪੰਧੇਰ, ਜਿਹੜੇ ਅੱਜ ਸੁਪਰੀਮ ਕੋਰਟ ਦੀ ਟਿੱਪਣੀ ਹੋਈ ਆ ਵੀ ਹਰਿਆਣਾ ਸਰਕਾਰ ਹਾਈਵੇ ਕਿਵੇਂ ਬੰਦ ਕਰ ਸਕਦੀ ਆ, ਜਾਂ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਸੀਗਾ, ਦੇਖੋ ਕਿੰਨਾ ਕੁਛ ਹੋ ਗਿਆ, ਬਹੁਤ ਲੇਟ ਫੈਸਲੇ ਹੋਏ ਆ। ਇਸ ਤੋਂ ਪਹਿਲਾਂ ਇਹ ਸ਼ਹੀਦ ਸ਼ੁਭਕਰਨ ਸ਼ਹੀਦ ਹੋ ਗਿਆ, 433 ਕਿਸਾਨ ਜ਼ਖਮੀ ਹੋਏ, 8-10 ਗੰਭੀਰ ਜ਼ਖਮੀ ਹੋਏ। ਜਿਵੇਂ ਅਸੀਂ ਠੰਡ ਦੇ ਵਿੱਚ, ਗਰਮੀ 'ਚ, ਬਰਸਾਤਾਂ 'ਚ ਜੋ ਕੁਝ ਅਸੀਂ ਪਿੰਡੇ 'ਤੇ ਸੰਤਾਪ ਹਟਾਇਆ, ਇਹ ਵੀ ਸਾਡੇ ਸਾਹਮਣੇ ਆ। ਅਰ ਇਹ ਤੋਂ ਕਹਾਂ, ਜਿਵੇਂ ਹਰਿਆਣੇ ਦੇ ਪੰਜਾਬ ਦੇ ਵਪਾਰੀ ਦਾ ਨੁਕਸਾਨ ਹੋਇਆ, ਉਹਦੇ ਲਈ ਕੌਣ ਜ਼ਿੰਮੇਵਾਰ ਆ? ਟਰਾਂਸਪੋਰਟਰਾਂ ਦੇ ਨੁਕਸਾਨ ਲਈ ਕੌਣ ਜ਼ਿੰਮੇਵਾਰ ਆ? ਆਮ ਲੋਕਾਂ ਨੂੰ ਜਿਹੜੀ ਤਕਲੀਫ ਆਈ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਇਹਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ। ਹਰਿਆਣਾ ਅਤੇ ਕੇਂਦਰ ਸਰਕਾਰ ਇਕੱਲੀ ਇੱਕ ਗੱਲ 'ਤੇ ਕਹਿ ਕੇ ਟਲ ਜਾਣਗੇ, ਉਹਨਾਂ ਦਾ ਇਹ ਕਹਿਣਾ ਵਾਜਬ ਆ ਵੀ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨੈਂਸ ਕਰਨ ਵਾਸਤੇ ਕਿਹਾ ਵਾ, ਅਸੀਂ ਇਹਦੇ 'ਤੇ ਕਹਿੰਦੇ ਹਾਂ ਵੀ ਅਸੀਂ ਪੰਜਾਬ ਤੋਂ ਆ ਰਹੇ ਹਾਂ। ਕਿਹੜਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਨੁਕਸਾਨ ਹੋਇਆ? ਜਾਂ 5 ਮਹੀਨੇ ਅਸੀਂ ਬਾਰਡਰਾਂ 'ਤੇ ਬੈਠੇ ਹਾਂ, ਉੱਥੇ ਲਾਅ ਐਂਡ ਆਰਡਰ ਦੀ ਕਿਹੜੀ ਘਟਨਾ ਇਹੋ ਜਿਹੀ ਵਾਪਰ ਗਈ ਆ? ਸੋ ਲਾਅ ਐਂਡ ਆਰਡਰ ਦੇ ਨਾਂ 'ਤੇ ਸਾਨੂੰ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਦੇਸ਼ ਦੀ ਰਾਜਧਾਨੀ ਵਿੱਚ ਨਹੀਂ ਜਾਣ ਦਿੱਤਾ ਗਿਆ, ਜਿਹੜਾ ਸਾਡਾ ਸੰਵਿਧਾਨਕ ਹੱਕ ਆ, ਇਹ ਤੋਂ ਰੋਕਿਆ ਗਿਆ। ਚਲੋ ਆਉਣ ਵਾਲੇ ਸਮੇਂ ਵਿੱਚ ਦੇਖਦੇ ਹੈਗੇ ਹਾਂ ਵੀ ਇਹ ਕੀ ਫੈਸਲਾ ਹਰਿਆਣਾ ਸਰਕਾਰ ਕਰਦੀ ਆ, ਪਰ ਨਿਆਂਪਾਲਿਕਾ ਦੀ ਟਿੱਪਣੀ ਅਤੇ ਨਿਆਂਪਾਲਿਕਾ ਦੇ ਫੈਸਲੇ ਬਹੁਤ ਲੇਟ ਆ ਰਹੇ ਨੇ।
ਜਦੋਂ ਬਹੁਤ ਕੁਝ ਬੀਤ ਚੁੱਕਾ ਵਾ, ਜੇ ਪਹਿਲੋਂ ਫੈਸਲੇ ਕੀਤੇ ਹੁੰਦੇ ਤੇ ਇਹਨਾਂ ਨੂੰ ਰੋਕਿਆ ਜਾ ਸਕਦਾ ਸੀ। ਹੁਣ ਵੀ ਸਰਕਾਰ ਸੁਹਿਰਦ ਹੈਗੀ ਆ ਤੇ ਬੈਠ ਕੇ ਇਹਨਾਂ ਮਸਲਿਆਂ ਦਾ ਨਿਪਟਾਰਾ ਕਰੇ। ਅੱਜ ਅਸੀਂ ਅਬਦਾਲ ਪਿੰਡ ਵਿੱਚ ਮਜੀਠਾ ਇਲਾਕੇ 'ਚ ਤਿਆਰੀ ਕਰ ਰਹੇ ਹਾਂ 20 ਅਗਸਤ ਦੇ ਆਪਣੇ ਅਗਲੇ ਜਥੇ ਦੀ ਜਿਹੜਾ ਲੈ ਕੇ ਜਾਣਾ ਹੈਗਾ ਔਰ ਮੰਗਾਂ ਮੰਨਣ ਤੱਕ ਮੋਰਚਾ ਜਾਰੀ ਰੱਖਣਾ। ਧੰਨਵਾਦ।